ਹਾਂਜੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਰਾਕੇਸ਼ ਸ਼ਰਮਾ ਜਲੰਧਰ ਤੋਂ ਮੈਂ ਤੁਹਾਨੂੰ ਇੱਕ ਟੌਪਿਕ ਤੇ ਡਿਸਕਸ ਕਰਨਾ ਚਾਹੁੰਦਾ ਸੀਗਾ ਐਕਚੁਅਲੀ ਮੈਂ ਤੁਹਾਡੀ ਸਿਚੁਏਸ਼ਨ ਹੀ ਚਾਹੁੰਦਾ ਸੀਗਾ ਐਕਚੁਅਲੀ ਮੈਂ ਹੁਣੀ ਥੋੜੀ ਦੇਰ ਪਹਿਲਾਂ ਨਿਊਜ਼ ਦੇਖ ਰਿਹਾ ਸੀਗਾ ਕਿ ਆਪਣੇ ਜਿਹੜੇ ਅਮਰੀਕਨ ਸਿਟੀਜ਼ਨ ਪੰਜਾਬੀ ਭੰਡਾਰਾ ਹੈਗੇ ਨੇ ਜਿਹੜੇ ਕੀ ਕੋਰੋਨਾ ਕਰਕੇ ਆਪਣੇ ਪੰਜਾਬ ਦੇ ਵਿੱਚ ਫਸੇ ਹੋਏ ਸੀਗੇ ਉਹਨਾਂ ਨੂੰ ਵਾਪਸੀ ਅ ਅਮਰੀਕਾ ਭੇਜਣ ਵਾਸਤੇ ਅਮਰੀਕਾ ਸਰਕਾਰ ਨੇ ਕੁਝ ਅਰੇਂਜਮੈਂਟਸ ਕੀਤੇ ਨੇ ਕੁਝ ਫਲਾਈਟਸ ਲਾਂਚ ਕੀਤੀਆਂ ਨੇ ਜਿਕੇ ਚਾਲੂ ਕੀਤੀਆਂ ਨੇ ਤੇ ਉਦਾਂ ਹੀ ਥੋੜੀ ਦੇਰ ਪਹਿਲਾਂ ਮੈਂ ਦੇਖ ਰਿਹਾ ਸੀਗਾ ਕਿ ਕੈਨੇਡਾ ਸਰਕਾਰ ਵੱਲੋਂ ਵੀ ਇਹੀ ਕੁਝ ਉਪਰਾਲਾ ਕੀਤਾ ਗਿਆ ਸੀ ਜਿਹੜੇ ਕਿ ਕੈਨੇਡੀਅਨ ਸਿਟੀਜ਼ਨ ਜਿਹੜੇ ਕਿ ਪੰਜਾਬ ਦੇ ਵਿੱਚ ਫਸੇ ਹੋਏ ਸੀ ਉਹਨਾਂ ਨੂੰ ਕੈਨੇਡਾ ਵਾਪਸ ਲਿਆਉਣ ਦੇ ਲਈ 노 ਡਾਊਟ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਆਪਣੀ ਸਾਡੀ ਭਾਰਤ ਸਰਕਾਰ ਨੇ ਵੀ ਬਹੁਤ ਹਿੰਮਤ ਕੀਤੀ ਸੀ ਜੋ ਇਟਲੀ ਵਿੱਚ ਪੰਜਾਬੀ ਪੈਂਡਰਾ ਫਸੇ ਹੋਏ ਸੀਗੇ ਉਹਨਾਂ ਨੂੰ ਵਾਪਸ ਇੰਡੀਆ ਲਿਆਂਦਾ ਗਿਆ ਸੀ ਬਟ ਮੈਂ ਜਾਣਨਾ ਚਾਹੁੰਦਾ ਕਿ ਜਿਹੜੇ ਸਾਡੇ ਵਰਗੇ ਹੋਰ ਵੀ ਐਜ਼ ਅ ਟੂਰਿਸਟ ਜਿਹੜੇ ਕਿ ਫਸੇ ਹੋਏ ਨੇ ਡਿਊ ਟੂ ਕਰੋਨਾ ਠੀਕ ਹੈ ਜੀ ਯੂਰਪ ਦੇ ਵਿੱਚ ਕੈਨੇਡਾ ਵਿੱਚ ਅਮਰੀਕਾ ਦੇ ਵਿੱਚ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਜਿੱਦਾਂ ਕਿ ਫਸੇ ਹੋਏ ਨੇ ਐਜ਼ ਅ ਟੂਰਿਸਟ ਗਏ ਸੀਗੇ ਐਜ਼ ਅ ਬੀਨਸ ਪਰਪਸ ਵਾਸਤੇ ਗਏ ਸੀਗੇ ਜਿਹੜੇ ਕਿ ਉੱਥੇ ਫਸੇ ਹੋਏ ਨੇ ਉਹਨਾਂ ਵਾਸਤੇ ਸਾਡੀ ਇੰਡੀਆ ਸਰਕਾਰ ਕੀ ਕਰ ਰਹੀ ਆ ਜਦ ਉਹ ਆਪਣੇ ਦੇਸ਼ ਕਿਦਾਂ ਪਰਤ ਸਕਦੇ ਨੇ ਔਰ ਕਦੋਂ ਪਰਤ ਸਕਦੇ ਨੇ ਕਿਉਂਕਿ ਇੱਥੇ ਕੀ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਲਾਕਡਾਊਨ ਦੇ ਕਰਕੇ ਸਾਰੀ ਇੰਟਰਨੈਸ਼ਨਲ ਔਰ ਨੈਸ਼ਨਲ ਫਲਾਈਟਸ ਸਾਰੀਆਂ ਬੰਦ ਨੇ ਠੀਕ ਹੈ ਜੀ ਤੇ ਅਸੀਂ ਅਸੀਂ ਇੱਥੋਂ ਦੀ ਵਾਪਸ ਕਿੱਦਾਂ ਆ ਸਕਦੇ ਆ ਸੈਕੰਡਲੀ ਇੰਸ਼ੋਰੈਂਸ ডিপਾਰਟਮੈਂਟ ਵੀ ਬਹੁਤ ਜ਼ਿਆਦਾ ਡਿਲੇ ਕਰ ਰਿਹਾ ਵਾ ਠੀਕ ਹੈ ਜੀ ਮੈਂ ਆਪਣੀ ਇੰਸ਼ੋਰੈਂਸ ਕਲੇਮ ਕੀਤੀ ਸੀਗੀ ਠੀਕ ਹੈ ਮੈਂ ਤੁਹਾਨੂੰ ਉਹਦੇ ਬਾਰੇ ਵੀ ਥੋੜਾ ਫੀਡਬੈਕ ਦੇ ਦਿੰਦਾ ਇੰਸ਼ੋਰੈਂਸ ਕਲੇਮ ਕੀਤੀ ਸੀ ਉਹਨਾਂ ਨੂੰ ਡਾਕੂਮੈਂਟਸ ਵਗੈਰਾ ਮੈਂ ਸਾਰੇ ਸਕੈਨ ਕਰਕੇ ਭੇਜ ਦਿੱਤੇ ਬਟ ਦੇ ਸੈਟ ਕੀ ਸਾਨੂੰ ਹਾਰਡ ਕਾਪੀਜ਼ ਚਾਹੀਦੀਆਂ ਬਟ ਜਿੱਦਾਂ ਕਿ ਸਾਰੇ ਜਾਣੇ ਜਾਣਦੇ ਹੋ ਅਸੀਂ ਇੱਥੇ ਬਾਹਰ ਦੇਸ਼ਾਂ ਦੇ ਵਿੱਚ ਬੈਠੇ ਹਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਉਹਨਾਂ ਨੂੰ ਹਾਰਡ ਕਾਪੀਜ਼ ਕਿੱਦਾਂ ਸੈਂਡ ਕਰ ਸਕਦੇ ਹਾਂ ਡਿਊ ਟੂ ਲਾਕਡਾਊ ਠੀਕ ਹੈ ਜੀ ਸੋ ਮੇਰੀ ਇਹੀ ਹੱਥ ਬਣ ਕੇ ਬੇਨਤੀ ਹੈ ਸਭ ਨੂੰ ਪਹਿਲਾਂ ਤਾਂ ਆਪਣੀ رائے ਸੀਐਸ ਸਾਨੂੰ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਲਿਖ ਕੇ ਭੇਜੋ ਕਿ ਆਪਾਂ ਇੰਡੀਆ ਕਿੱਦਾਂ ਵਾਪਸ ਆ ਸਕਦੇ ਹਾਂ ਕਦੋਂ ਅਸੀਂ ਵਾਪਸ ਆ ਸਕਦੇ ਹਾਂ ਠੀਕ ਹੈ ਜੀ ਔਰ ਸੈਕੰਡਲੀ ਇੰਸ਼ੋਰੈਂਸ ਦਾ ਆਪਾਂ ਕਿੱਦਾਂ ਕਲੇਮ ਆਊਟ ਕਰ ਸਕਦੇ ਹਾਂ ਤਾਂ ਤਾਂ ਕਿ ਆਪਾਂ ਉਹਦਾ ਬੈਨੀਫਿਟ ਵੀ ਲੈ ਸਕੀਏ ਔਰ ਸੈਕੰਡਲੀ ਜਿਹੜੇ ਅਸੀਂ ਇੱਥੇ ਹਾਲਾਤਾਂ ਵਿੱਚ ਫਸੇ ਹੋਏ ਆ ਅਸੀਂ ਉਹਨਾਂ ਤੋਂ ਬਾਹਰ ਆ ਸਕੀਏ ਠੀਕ ਹੈ ਜੀ ਸੋ ਪਲੀਜ਼ ਅਗਰ ਕੁਝ ਵੀ ਕਿਸੇ ਕੋਲ ਵੀ ਕੋਈ ਵੀ ਵਧੀਆ ਸੁਝਾਅਨ ਹੋਏਗਾ ਸੋ ਪਲੀਜ਼ ਉਹਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓਗਾ ਮੈਂ ਤੁਹਾਡੇ ਕਮੈਂਟ ਦੀ ਵੇਟ ਕਰੂੰਗਾ ਠੀਕ ਹੈ ਜੀ ਤੇ ਹੋ ਸਕੇ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਕਿ ਜਿੰਨੇ ਵੀ ਮੇਰੇ ਵਰਗੇ ਪੰਜਾਬੀ ਭੈਣ ਭਰਾ ਵਿਦੇਸ਼ਾਂ ਵਿੱਚ ਫਸੇ ਹੋਏ ਨੇ ਜੋ ਕਿ ਐਜ਼ ਅ ਟੂਰਿਸਟ ਗਏ ਸੀਗੇ ਤੇ ਉਹ ਇਸ ਪ੍ਰੋਬਲਮ ਤੋਂ ਕਿੱਦਾਂ ਓਵਰਕਮ ਕਰ ਰਹੇ ਆਪਣੇ ਆਪ ਨੂੰ ਔਰ ਉਹ ਕਿੱਦਾਂ ਆਪਣੇ ਦੇਸ਼ ਨੂੰ ਵਾਪਸ ਪਰਤ ਰਹੇ ਨੇ ਪਲੀਜ਼ ਮੈਨੂੰ ਵੀ ਸ਼ੇਅਰ ਕਰਿਓ ਥੈਂਕ ਯੂ ਸੋ ਮਚ ਥੈਂਕਸ ਅ ਲੋਟ